ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਕਰਦੀ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ 'ਤੇ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਇਸੇ ਉਮੀਦ ਦੇ ਨਾਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਦੋ ਸੈਂਡਵਿਚ ਦੀ ਰੈਸਪੀ, ਜੋ ਕਿ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ, ਡਿਲੀਸ਼ੀਅਸ ਅਤੇ ਬੜੇ ਬਹੁਤ ਹੀ ਘੱਟ ਸਮਾਨ 'ਚ ਅਤੇ ਬੜੀ ਹੀ ਜਲਦੀ ਆਪਾਂ ਬਣਾ ਕੇ ਤਿਆਰ ਕਰ ਸਕਦੇ ਹਾਂ। ਜਿੱਦਾਂ ਕਈ ਵਾਰ ਹੁੰਦਾ ਨਾ, ਛੋਟੀ ਮੋਟੀ ਭੁੱਖ ਲੱਗੀ ਹੁੰਦੀ ਆ, ਉਹਦੇ ਲਈ ਆਪਾਂ ਇਹ ਬਣਾ ਕੇ ਤਿਆਰ ਕਰ ਸਕਦੇ ਹਾਂ। ਤੁਹਾਨੂੰ ਇਹਦੇ ਵਿੱਚ ਪੀਜ਼ੇ ਦਾ ਵੀ ਟੇਸਟ ਆਏਗਾ। ਪੀਜ਼ਾ ਸੈਂਡਵਿਚ ਬਣਾਵਾਂਗੇ ਅਤੇ ਕਿੱਦਾਂ ਬਣਾਵਾਂਗੇ ਉਹ ਮੈਂ ਤੁਹਾਨੂੰ ਅੱਗੇ ਦੱਸਾਂਗੀ। ਪਹਿਲਾਂ ਆਪਾਂ ਬਣਾਵਾਂਗੇ ਬੜਾ ਹੀ ਹੈਲਦੀ, ਘੱਟ ਓਇਲ ਦੇ ਵਿੱਚ ਕੁਕੰਬਰ ਸੈਂਡਵਿਚ, ਜਿਹਦੇ ਲਈ ਲਏ ਨੇ ਮੈਂ ਬਰਾਊਨ ਬ੍ਰੈਡ ਸਲਾਈਸ। ਤੁਸੀਂ ਇੱਥੇ ਵਾਈਟ ਬ੍ਰੈਡ ਵੀ ਲੈ ਸਕਦੇ ਹੋ, ਮੈਂ ਬਰਾਊਨ ਲਏ ਨੇ। ਥੋੜ੍ਹਾ ਜਿਹਾ ਪਨੀਰ ਲਿਆ, ਖੀਰਾ ਪਿਆਜ਼ ਕੱਟ ਲਿਆ, ਬਾਕੀ ਤੁਸੀਂ ਇਹਦੇ ਵਿੱਚ ਹੋਰ ਵੀ ਕੋਈ ਵੀ ਵੈਜਿਸ ਪਾ ਸਕਦੇ ਹੋ, ਜਿੱਦਾਂ ਸ਼ਿਮਲਾ ਮਿਰਚ ਅਤੇ ਧਨੀਆ ਦੀ ਚਟਨੀ ਲਈ ਹੈਗੀ। ਆਪਾਂ ਬਟਰ ਲਿਆ, ਚਿੱਲੀ ਫਲੇਕਸ ਲਏ ਨੇ ਅਤੇ ਮਿਕਸ ਹਰਬ ਲਏ ਨੇ। ਸਾਰਿਆਂ ਨੂੰ ਪਹਿਲਾਂ ਆਪਾਂ ਕੀ ਕਰਾਂਗੇ, ਜੋ ਆਪਾਂ ਧਨੀਆ ਦੀ ਚਟਨੀ ਲਈ ਆ ਇਹਨੂੰ ਆਪਾਂ ਦੋਨੋਂ ਸਲਾਈਸਿਸ 'ਤੇ ਲਗਾ ਲਾਂਗੇ। ਇਹ ਧਨੀਆ ਦੀ ਚਟਨੀ ਇਕੱਲੇ ਧਨੀਏ, ਅਦਰਕ ਅਤੇ ਹਰੀ ਮਿਰਚ ਪਾਈ ਹੋਈ ਆ, ਪਿਆਜ਼ ਵਗੈਰਾ ਇਹਦੇ ਵਿੱਚ ਮੈਂ ਨਹੀਂ ਪਾਇਆ ਹੋਇਆ। ਬਾਕੀ ਤੁਸੀਂ ਇੱਥੇ ਜੇ ਥੋੜ੍ਹਾ ਜਿਹਾ ਇਹਨੂੰ ਟੇਸਟੀ ਵੇ 'ਚ ਲੈਣਾ, ਮੈਂ ਇਹਨੂੰ ਥੋੜ੍ਹਾ ਜਿਹਾ ਹੈਲਦੀ ਵੇ 'ਚ ਬਣਾ ਰਹੀ ਹਾਂ, ਇਸ ਕਰਕੇ ਮੈਂ ਚਟਨੀ ਲਗਾਈ ਆ। ਬਾਕੀ ਤੁਸੀਂ ਇਹ 'ਤੇ ਮਿਓ ਵਗੈਰਾ ਵੀ ਲਗਾ ਸਕਦੇ, ਜਿੱਦਾਂ ਤੰਦੂਰੀ ਮਿਓਨੀਜ਼ ਆ ਰਹੀ ਆ, ਤੁਸੀਂ ਉਹ ਵੀ ਇੱਥੇ ਯੂਜ਼ ਕਰ ਸਕਦੇ ਹੋਗੇ। ਅਤੇ ਹੁਣ ਆਪਾਂ ਇਹ 'ਤੇ ਗਰੇਟ ਕਰ ਦਾਂਗੇ ਆਪਣਾ ਪਨੀਰ। ਪਨੀਰ ਦੀ ਜਗ੍ਹਾ 'ਤੇ ਤੁਸੀਂ ਇੱਥੇ ਚੀਜ਼ ਵੀ ਯੂਜ਼ ਕਰ ਸਕਦੇ ਹੋਗੇ, ਅਤੇ ਪਨੀਰ ਦੀ ਕੁਆਂਟਿਟੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਐਡਜਸਟ ਕਰ ਸਕਦੇ ਹੋ, ਘੱਟ ਵੱਧ। ਅਤੇ ਹੁਣ ਆਪਾਂ ਆਪਣਾ ਇਹਦੇ 'ਚ ਖੀਰਾ ਪਿਆਜ਼ ਪਾ ਦਾਂਗੇ, ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ, ਜ਼ਰੂਰ ਟਰਾਈ ਕਰਕੇ ਦੇਖਿਓ। ਥੋੜ੍ਹਾ ਜਿਹਾ ਮਿਕਸਅਪ ਅਤੇ ਚਿੱਲੀ ਫਲੇਕਸ ਪਾ ਦਾਂਗੇ। ਨਾਲ ਹੀ ਤੁਹਾਨੂੰ ਰਿਕੁਐਸਟ ਹੈ, ਜੇ ਤੁਹਾਨੂੰ ਮੇਰੇ ਵੀਡੀਓ ਵਧੀਆ ਲੱਗਦੇ ਨੇ, ਪਲੀਜ਼ ਲਾਈਕ, ਸ਼ੇਅਰ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਇੱਦਾਂ ਦੀ ਹੋਰ ਨਿਊ ਵੀਡੀਓ ਦੇਖਣ ਲਈ। ਅਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਅੱਗੇ ਵਟਸਐਪ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ, ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ, ਅਤੇ ਆਪਣਾ ਫੀਡਬੈਕ ਜ਼ਰੂਰ ਸ਼ੇਅਰ ਕਰਿਆ ਕਰੋ। ਅਤੇ ਹੁਣ ਆਪਾਂ ਦੁਬਾਰਾ 'ਤੇ ਵੈਜਿਸ ਪਾਉਣ ਤੋਂ ਬਾਅਦ ਪਨੀਰ ਗਰੇਟ ਕਰ ਦਾਂਗੇ। ਪਨੀਰ ਦੇ ਤੁਸੀਂ ਕਿਊਬ ਵੀ ਕੱਟ ਸਕਦੇ ਹੋ, ਛੋਟੇ ਛੋਟੇ ਪੀਸਸ ਕਰਕੇ, ਪਰ ਮੈਨੂੰ ਇੱਦਾਂ ਗਰੇਟ ਕਰਕੇ ਵਧੀਆ ਲੱਗਦਾ ਅਤੇ ਮੈਂ ਗਰੇਟ ਕਰਕੇ ਪਾਇਆ। ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਉੱਦਾਂ ਹਲਕਾ ਜਿਹਾ ਪਿੰਚ ਆਫ ਨਮਕ ਪਾ ਦਾਂਗੇ। ਤੁਸੀਂ ਇੱਥੇ ਬਲੈਕ ਪੈਪਰ ਵੀ ਪਾ ਸਕਦੇ ਹੋਗੇ, ਆਹ ਦੇਖੋ ਫਰੈਸ਼ ਬਲੈਕ ਪੈਪਰ ਕੁੱਟੀ ਹੋਈ, ਕਾਲੀ ਮਿਰਚ ਦਾ ਪਾਊਡਰ, ਲਓ ਜੀ। ਅਤੇ ਹੁਣ ਆਪਣਾ ਸੈਂਡਵਿਚ ਹੋ ਗਿਆ ਤਿਆਰ, ਹੋਰ ਕੁਛ ਵੀ ਨਹੀਂ ਕਰਨਾ। ਅਤੇ ਮੈਂ ਇਹ ਗਰਿੱਲਰ ਦੇ ਵਿੱਚ ਤੁਹਾਨੂੰ ਕਰਕੇ ਦਿਖਾਉਂਗੀ। ਗਰਿੱਲਰ ਨੂੰ ਪ੍ਰੀ ਹੀਟ ਕਰ ਲਿਆ, ਅਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਜੋ ਬਣਾਇਆ ਸੈਂਡਵਿਚ, ਅਤੇ ਹਲਕਾ ਜਿਹਾ ਬਟਰ ਲਗਾ ਦਾਂਗੇ ਉੱਪਰ ਅਤੇ ਨੀਚੇ, ਆ ਦੇਖੋ ਬਸ ਦੈਟਸ ਇਟ। ਅਤੇ ਹੁਣ ਆਪਾਂ ਇਹਨੂੰ ਆਪਣਾ ਗਰਿੱਲਰ ਦੇ ਵਿੱਚ ਰੱਖ ਕੇ ਵੇਟ ਕਰਾਂਗੇ। ਤੁਸੀਂ ਇੱਥੇ ਕ੍ਰਿਸਪੀ ਕਿੰਨਾ ਕੁ ਰੱਖਣਾ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋਗੇ। ਲਓ ਜੀ ਆਪਣਾ ਸੈਂਡਵਿਚ ਬਣ ਕੇ ਹੋ ਗਿਆ ਤਿਆਰ, ਬਹੁਤ ਹੀ ਜ਼ਿਆਦਾ ਹੈਲਦੀ, ਟੇਸਟੀ, ਡੈਲੀਸ਼ੀਅਸ ਸੈਂਡਵਿਚ ਬਣ ਕੇ ਆਪਣਾ ਤਿਆਰ ਆ। ਤੁਸੀਂ ਇਹਨੂੰ ਟੀ ਦੇ ਨਾਲ ਇੰਜੋਏ ਕਰ ਸਕਦੇ ਹੋ, ਗਰਮਾ ਗਰਮ ਚਾਹ ਅਤੇ ਨਾਲ ਸੈਂਡਵਿਚ ਹੋ ਜਾਵੇ, ਅਤੇ ਫਿਰ ਉਹਦੇ ਵਰਗੀ ਰੀਸ ਹੀ ਨਹੀਂ ਹੈਗੀ, ਉਹ ਵੀ ਇੱਕ ਹੈਲਦੀ ਸੈਂਡਵਿਚ, ਕਿਆ ਕਹਿਣੇ। ਤੁਸੀਂ ਜ਼ਰੂਰ ਟਰਾਈ ਕਰਿਓ, ਅਤੇ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਰੈਸਪੀ। ਅਤੇ ਹੁਣ ਅੱਗੇ ਆਪਾਂ ਬਣਾਵਾਂਗੇ ਆਪਣਾ ਪੀਜ਼ਾ ਸੈਂਡਵਿਚ। ਹਾਂਜੀ, ਇੰਸਟੈਂਟ ਕੋਈ ਡੋ ਨਹੀਂ ਲਗਾਉਣਾ, ਕੁਛ ਨਹੀਂ ਕਰਨਾ ਹੈਗਾ, ਆਪਣਾ ਸਿਰਫ 2 ਮਿੰਟਾਂ ਦੇ ਵਿੱਚ ਆਪਣਾ ਪੀਜ਼ੇ ਦਾ ਟੇਸਟ ਆਏਗਾ ਤੁਹਾਨੂੰ ਇਹਦੇ ਵਿੱਚ, ਬੜਾ ਹੀ ਵਧੀਆ ਲੱਗਦਾ, ਟੇਸਟੀ ਲੱਗਦਾ, ਬਹੁਤ ਜ਼ਿਆਦਾ ਟੇਸਟੀ ਲੱਗਦਾ।
ਅਤੇ ਇਹਦੇ ਲਈ ਆਪਾਂ ਕੀ ਲਿਆ, ਸ਼ਿਮਲਾ ਮਿਰਚ ਲਈ ਆ, ਪਿਆਜ਼ ਲਿਆ ਅਤੇ ਪਨੀਰ ਲਿਆ। ਸ਼ਿਮਲਾ ਮਿਰਚ ਨੂੰ ਛੋਟਾ ਛੋਟਾ ਕੱਟ ਲਿਆ ਅਤੇ ਪਨੀਰ ਨੂੰ ਵੀ ਛੋਟਾ ਛੋਟਾ ਕੱਟ ਲਿਆ, ਅਤੇ ਟਮਾਟਰ ਨੂੰ ਵੀ ਦੋ ਬਰਾਊਨ ਬ੍ਰੈਡ ਦੇ ਸਲਾਈਸ ਲਏ ਨੇ। ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਚੀਜ਼, ਕਿਉਂਕਿ ਪੀਜ਼ਾ ਬਣਾ ਰਹੇ ਹਾਂ, ਪੀਜ਼ਾ ਸੈਂਡਵਿਚ 'ਤੇ ਚੀਜ਼ ਤਾਂ ਫਿਰ ਚਾਹੀਦਾ ਹੀ ਆ। ਮਿਕਸ ਅਪ ਚਿੱਲੀ ਫਲੇਕਸ ਅਤੇ ਪੀਜ਼ਾ ਸੌਸ ਲਓ ਜੀ। ਅਤੇ ਆਪਾਂ ਹੁਣ ਇਹਨੂੰ ਵੀ ਕਰਦੇ ਹਾਂ ਆਪਣਾ ਪ੍ਰਪੇਅਰ। ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਪੀਜ਼ਾ ਸੌਸ। ਪੀਜ਼ਾ ਸੌਸ ਜੇ ਤੁਹਾਡੇ ਕੋਲ ਰੈਡੀਮੇਡ ਨਹੀਂ ਹੈਗੀ ਤਾਂ ਤੁਸੀਂ ਇਹਨੂੰ ਘਰ ਵੀ ਬਣਾ ਸਕਦੇ ਹੋ। 2 ਚਮਚ ਤੁਸੀਂ ਟਮੈਟੋ ਕੈਚਅਪ ਦੇ ਲੈ ਸਕਦੇ ਹੋ, ਉਹਦੇ ਵਿੱਚ ਮਿਕਸ ਹਰਬ ਪਾ ਕੇ, ਚਿੱਲੀ ਫਲੇਕਸ ਪਾ ਕੇ, ਥੋੜ੍ਹੀ ਜਿਹੀ ਬਲੈਕ ਪੈਪਰ ਪਾ ਕੇ ਤੁਹਾਡੀ ਘਰ ਦੀ ਬਣ ਜਾਏਗੀ ਪੀਜ਼ਾ ਸੌਸ, ਇੰਸਟੈਂਟ ਪੀਜ਼ਾ ਸੌਸ। ਤੁਸੀਂ ਉਹ ਇੱਥੇ ਯੂਜ਼ ਕਰ ਸਕਦੇ ਹੋ। ਹੁਣ ਪੀਜ਼ਾ ਸੌਸ ਨੂੰ ਚੰਗੀ ਤਰ੍ਹਾਂ ਆਪਾਂ ਫੈਲਾ ਦਾਂਗੇ। ਬੜਾ ਹੀ ਟੇਸਟੀ ਲੱਗਦਾ ਸੈਂਡਵਿਚ, ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਅਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਪੀਜ਼ਾ ਸੈਂਡਵਿਚ ਕਿੱਦਾਂ ਦਾ ਲੱਗਿਆ। ਅਤੇ ਹੁਣ ਆਪਾਂ ਇਹਦੇ ਗ੍ਰੇਟ ਕਰ ਦਾਂਗੇ ਚੀਜ਼। ਚੀਜ਼ ਤੁਸੀਂ ਆਪਣੇ ਟੇਸਟ ਅਨੁਸਾਰ ਘੱਟ ਵੱਧ ਕਰ ਸਕਦੇ ਹੋ, ਜਿੰਨਾ ਵੀ ਤੁਸੀਂ ਲਾਈਕ ਕਰਦੇ ਹੋ ਉਸ ਅਕੋਰਡਿੰਗ ਤੁਸੀਂ ਚੀਜ਼ ਪਾ ਸਕਦੇ ਹੋ ਇਹਤੇ। ਪਰ ਚੀਜ਼ ਥੋੜ੍ਹਾ ਜਿਹਾ, ਜਿੱਦਾਂ ਹੁਣ ਪੀਜ਼ੇ ਵਗੈਰਾ 'ਤੇ ਵੀ ਜ਼ਿਆਦਾ ਵਧੀਆ ਲੱਗਦਾ ਅਤੇ ਪੀਜ਼ਾ ਸੈਂਡਵਿਚ ਆ ਅਤੇ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਲੱਗਦਾ ਫਿਰ। ਬਾਕੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਐਡਜਸਟ ਕਰ ਸਕਦੇ ਹੋ। ਲਓ ਜੀ ਚੀਜ਼ ਪਾ ਤਾ ਅਤੇ ਹੁਣ ਆਪਾਂ ਇਹਦੇ ਕਰਾਂਗੇ ਆਪਣੇ ਟੋਪਿੰਗ। ਲਓ ਜੀ ਤੁਸੀਂ ਇੱਥੇ ਯੈਲੋ ਰੈੱਡ ਵੈਲਪੇਪਰ ਵੀ ਲੈ ਸਕਦੇ ਹੋ, ਇੱਥੇ ਖੀਰਾ ਵੀ ਰੱਖ ਸਕਦੇ ਹੋਗੇ, ਹੋਰ ਵੀ ਮਸ਼ਰੂਮ ਰੱਖ ਸਕਦੇ ਹੋਗੇ, ਜੋ ਵੀ ਤੁਹਾਡੇ ਕੋਲ ਵੈਜੀਟੇਬਲ ਅਵੇਲੇਬਲ ਨੇ ਨਾ ਤੁਸੀਂ ਉਹ ਰੱਖ ਸਕਦੇ ਹੋਗੇ ਇੱਥੇ। ਆ ਲਓ ਜੀ ਪਨੀਰ ਰੱਖ ਤਾ ਆਪਾਂ, ਅਤੇ ਅਗੇਨ ਹੁਣ ਆਪਾਂ ਇੱਥੇ ਫਿਰ ਚੀਜ਼ ਕਰ ਦਾਂਗੇ ਗ੍ਰੇਟ। ਆ ਲਓ ਜੀ ਬਹੁਤ ਵਧੀਆ ਲੱਗਦਾ, ਸੱਚੀ ਇੰਨਾ ਜ਼ਿਆਦਾ ਟੇਸਟੀ ਲੱਗਦਾ ਕਿ ਜਦ ਇੰਨੀ ਜਲਦੀ ਆਪਾਂ ਬਣਾ ਸਕਦੇ ਹਾਂ ਤਾਂ ਤੁਸੀਂ ਫਿਰ ਪੀਜ਼ੇ ਦੀ ਖੇਚਲ ਨਹੀਂ ਕਰੋਗੇ, ਕਿਉਂਕਿ ਪੀਜ਼ੇ ਨੂੰ ਜ਼ਿਆਦਾ ਟਾਈਮ ਲੱਗਦਾ। ਇਹ ਸਿਰਫ ਆਪਣਾ 2 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਣਾ ਅਤੇ ਇੰਸਟੈਂਟ ਬਣ ਜਾਂਦਾ, ਫਟਾਫਟ ਬਣ ਜਾਂਦਾ, ਟੇਸਟ ਉਹੀ ਆਉਂਦਾ, ਕੋਈ ਡੋ ਦਾ ਝੰਝਟ ਨਹੀਂ ਹੈਗਾ, ਕੋਈ ਖਮੀਰ ਦਾ ਨਹੀਂ ਹੈਗਾ ਵੀ। ਹੁਣ ਆਪਾਂ ਇਹ 'ਤੇ ਪਾ ਦਾਂਗੇ ਮਿਕਸ ਹਰਬ ਚਿੱਲੀ ਫਲੇਕਸ। ਲਓ ਜੀ ਚੀਜ਼ ਜੋ ਆਪਣਾ ਪੀਜ਼ਾ ਸੈਂਡਵਿਚ ਵੀ ਤਿਆਰ ਆ। ਅਤੇ ਇਹਨੂੰ ਹੁਣ ਆਪਾਂ ਆਹ ਦੇਖੋ ਦੂਸਰਾ ਸਲਾਈਸ ਰੱਖ ਦਾਂਗੇ ਇਹਦੇ ਉੱਪਰ, ਅਤੇ ਇਹਨੂੰ ਆਪਾਂ ਕਰਾਂਗੇ ਤਵੇ 'ਤੇ। ਆਹ ਦੇਖੋ ਮੈਂ ਤੁਹਾਨੂੰ ਦੋਨੋਂ ਤਰੀਕੇ ਦੱਸ ਰਹੀ ਹਾਂ, ਜਿੱਦਾਂ ਵੀ ਤੁਹਾਨੂੰ ਤੁਸੀਂ ਆਪਣੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੋਈ ਵੀ ਦੋਨਾਂ 'ਚੋਂ ਚੂਜ਼ ਕਰ ਸਕਦੇ ਹੋ ਮੈਥਡ। ਚਾਹੇ ਤੁਸੀਂ ਇਹਨੂੰ ਗ੍ਰਿਲਰ ਦੇ ਵਿੱਚ ਵੀ, ਇਹਨੂੰ ਵੀ ਗ੍ਰਿਲਰ 'ਚ ਕਰ ਸਕਦੇ ਹੋਗੇ, ਜਿੱਦਾਂ ਵੀ ਤੁਸੀਂ ਤੁਹਾਨੂੰ ਈਜ਼ੀ ਲੱਗਦਾ ਉਸ ਅਕੋਰਡਿੰਗ ਤੁਸੀਂ ਕਰ ਸਕਦੇ ਹੋ। ਥੋੜ੍ਹਾ ਜਿਹਾ ਆਪਾਂ ਲਗਾ ਲਈ ਤਵੇ 'ਤੇ ਬਟਰ, ਅਤੇ ਹੁਣ ਇਹਨੂੰ ਆਪਾਂ ਢੱਕ ਕੇ ਇੱਕ ਸਾਈਡ ਤੋਂ 1 ਮਿੰਟ ਲਈ ਪਕਾਵਾਂਗੇ ਤਾਂ ਜੋ ਆਪਣਾ ਜੋ ਚੀਜ਼ ਆ ਚੰਗੀ ਤਰ੍ਹਾਂ ਮੈਲਟ ਹੋ ਜਾਵੇ। ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਇੱਥੇ ਕ੍ਰਿਸਪੀਨੈਸ, ਤੁਸੀਂ ਆਪਣੇ ਟੇਸਟ ਅਕੋਰਡਿੰਗ ਕਰ ਸਕਦੇ ਹੋ, ਜਿੰਨਾ ਵੀ ਤੁਸੀਂ ਕ੍ਰਿਸਪੀ ਰੱਖਣਾ ਉਸ ਅਕੋਰਡਿੰਗ ਤੁਸੀਂ ਸੇਕ ਸਕਦੇ ਹੋ। ਲਓ ਜੀ ਆਪਣਾ ਸੈਂਡਵਿਚ ਬਣ ਕੇ ਹੋ ਗਿਆ ਤਿਆਰ, ਬਹੁਤ ਹੀ ਮੈਨੂੰ ਥੋੜ੍ਹਾ ਜਿਹਾ ਕ੍ਰਿਸਪੀ ਵਧੀਆ ਲੱਗਦਾ ਇਸ ਕਰਕੇ ਮੈਂ ਜ਼ਿਆਦਾ ਸੇਕ ਲਵਾਇਆ। ਤੁਸੀਂ ਆਪਣੇ ਟੇਸਟ ਅਕੋਰਡਿੰਗ ਘੱਟ ਵੱਧ ਜਿੰਨਾ ਵੀ ਤੁਹਾਨੂੰ ਕ੍ਰਿਸਪੀ ਪਸੰਦ ਆ ਉਸ ਅਕੋਰਡਿੰਗ ਕਰ ਸਕਦੇ ਹੋ। ਉਮੀਦ ਕਰਦੀ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਵਿੱਚੋਂ ਦੇਖ ਸਕਦੇ ਹੋ ਕਿੰਨਾ ਪ੍ਰੋਪਰ ਆਪਣਾ ਚੀਜ਼ ਮੈਲਟ ਹੋਇਆ, ਅਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਵਿੱਚ। ਥੈਂਕ ਯੂ ਫੋਰ ਵਾਚਿੰਗ, ਹੈਪੀ ਕੁਕਿੰਗ।